ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਧੰਨ ਧੰਨ ਬਾਬਾ ਚਿੰਤਾ ਭਗਤ ਜੀ, ਧੰਨ ਧੰਨ ਬਾਬਾ ਅਮੀ ਚੰਦ ਜੀ। ਯਾਦ ਵਿੱਚ ਬਾਬਾ ਅਮੀ ਚੰਦ ਜੀ ਦੇ ਜਨਮ ਸਥਾਨ ਪਿੰਡ ਪਾਸਲਾ ਜ਼ਿਲ੍ਹਾ ਜਲੰਧਰ ਵਿਖੇ ਸਲਾਨਾ ਜੋੜ ਮੇਲਾ 3, 4, 5, 6 ਅਤੇ 7 ਜੁਲਾਈ ਨੂੰ ਮੁੱਖ ਸੇਵਾਦਾਰ ਬਾਬਾ ਪਿਆਰਾ ਜੀ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰਾਂ ਨੇ ਦੱਸਿਆ ਕਿ 2 ਜੁਲਾਈ ਨੂੰ ਸ਼ਾਮ ਸਮੇਂ ਮਹਿੰਦੀ ਦੀ ਰਸਮ ਹੋਵੇਗੀ, 3 ਜੁਲਾਈ ਨੂੰ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ, ਰਾਤ ਸਮੇਂ ਮਹਿਫਲ ਏ ਕਵਾਲੀ ਹੋਵੇਗੀ, 4 ਜੁਲਾਈ ਨੂੰ ਖੁੱਲ੍ਹੇ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਗਾਇਕ ਕਮਲ ਖਾਨ ਅਤੇ ਮਾਸ਼ਾ ਅਲੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਇਸੇ ਤਰ੍ਹਾਂ 5 ਜੁਲਾਈ ਨੂੰ ਵੀ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਗਾਇਕ ਜੀ ਖਾਨ, ਗੁਲਾਬ ਸਿੱਧੂ, ਖਾਨ ਭੈਣੀ ਅਤੇ ਬਲਰਾਜ ਬਿਲਗਾ ਆਪਣੇ ਗੀਤਾਂ ਨਾਲ ਹਾਜ਼ਰੀ ਭਰਨਗੇ। 6 ਜੁਲਾਈ ਨੂੰ ਛਿੰਝ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਨਾਮੀ ਪਹਿਲਵਾਨ ਆਪਣੇ ਜ਼ੋਰ ਦਿਖਾਉਣਗੇ। 7 ਜੁਲਾਈ ਨੂੰ ਬੇੜੇ ਤਾਰਨ ਦੀ ਰਸਮ ਅਦਾ ਕੀਤੀ ਜਾਵੇਗੀ। ਉਹਨਾਂ ਇਲਾਕੇ ਭਰ ਦੀਆਂ ਸੰਗਤਾਂ ਨੂੰ ਮੇਲੇ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਜੈ ਮਸਤਾਂ ਦੀ, ਜੈ ਵਲੀਆਂ ਦੀ। ਧੰਨ ਧੰਨ ਬਾਬਾ ਚਿੰਤਾ ਜੀ, ਧੰਨ ਧੰਨ ਬਾਬਾ ਅਮੀ ਚੰਦ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਜਨਮ ਸਥਾਨ ਪਿੰਡ ਪਾਸਲਾ ਵਿਖੇ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ 2 ਤਰੀਕ ਸ਼ਾਮ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ, 3 ਤਰੀਕ ਨਿਸ਼ਾਨ ਸਾਹਿਬ ਦੇ ਚਾਦਰਾਂ ਦੀ ਰਸਮ ਹੋਵੇਗੀ, ਉਸ ਤੋਂ ਉਪਰੰਤ ਰਾਤ ਨੂੰ ਪੂਰੀ ਰਾਤ, ਤਕਰੀਬਨ ਪੂਰੀ ਰਾਤ ਮਹਿਫਲੇ ਕਵਾਲੀਆਂ ਹੋਣਗੀਆਂ ਜੀ, ਅਤੇ 4 ਅਤੇ 5 ਤਰੀਕ ਨੂੰ ਕਲਾਕਾਰ ਆਪਣੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ ਜੀ, 6 ਤਰੀਕ ਨੂੰ ਛਿੰਝ ਮੇਲਾ ਕਰਵਾਇਆ ਜਾਵੇਗਾ, 7 ਤਰੀਕ ਨੂੰ ਬਾਬਾ ਜੀ ਦੇ ਬੇੜਿਆਂ ਦੀ ਰਸਮ ਅਦਾ ਕੀਤੀ ਜਾਵੇਗੀ, ਜਿਸ ਉਪਰੰਤ ਗੁਰੂ ਬਾਬਾ ਜੀ ਦਾ ਲੰਗਰ ਅਟੁੱਟ ਵਰਤੇਗਾ। ਸਮੂਹ ਸਾਧ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਮੇਲੇ ਦੀ ਰੌਣਕ ਨੂੰ ਵਧਾਓ, ਸ਼ਰਧਾ ਅਤੇ ਭਾਵਨਾ ਨਾਲ ਇਸ ਮੇਲੇ ਵਿੱਚ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।